ਬਰਤਨ ਬਣਾਉਣ ਵਾਲੀ ਫੈਕਟਰੀ ਦੀ ਮਸ਼ੀਨ 'ਚ ਆ ਕੇ ਪ੍ਰਵਾਸੀ ਮਹਿਲਾ ਦੀ ਹੋਈ ਮੌਤ। ਬਟਾਲਾ ਅੰਮ੍ਰਿਤਸਰ ਰੋਡ ਸੰਦੀਪ ਵਾਲੀ ਗਲੀ ਬਰਤਨ ਬਣਾਉਣ ਵਾਲੀ ਫੈਕਟਰੀ ਅਮਿਤ ਹੋਮ ਫੈਕਟਰੀ ਵਿੱਚ ਵਾਪਰਿਆ ਦਰਦਨਾਕ ਹਾਦਸਾ। ਮਸ਼ੀਨ ਵਿੱਚ ਆ ਕੇ ਕਰੀਬ 25 ਸਾਲਾ ਪ੍ਰਵਾਸੀ ਮਹਿਲਾ ਅਨੁਸ਼ਕਾ ਦੀ ਹੋਈ ਮੌਤ। ਮ੍ਰਿਤਕ ਦੀ ਇੱਕ ਬੱਚੀ ਦੱਸੀ ਜਾਂਦੀ ਹੈ। ਮਸ਼ੀਨ ਵਿੱਚ ਆਉਣ ਦੇ ਉਪਰੰਤ ਵਾਪਰੀ ਮੰਦਭਾਗੀ ਘਟਨਾ। ਪੁਲਿਸ ਕਰ ਰਹੀ ਹੈ ਇਸ ਮਾਮਲੇ ਦੀ ਜਾਂਚ। ਅਮਿਤ ਜੀ ਕੀ ਕੰਮ ਕਰਦੇ ਹੋ? ਮੇਰੀ ਬਰਤਨ ਦੀ ਫੈਕਟਰੀ ਹੈ। ਕੀ ਘਟਨਾ ਵਾਪਰੀ, ਕਿੰਨੇ ਵਜੇ ਵਾਪਰੀ? ਸ਼ਾਮੀ ਟਾਈਮ ਦਾ ਕੋਈ ਆਈਡੀਆ ਨਹੀਂ ਹੈ, ਥੋੜ੍ਹੀ ਦੇਰ ਹੋਈ ਹੈ ਕਿ ਲੜਕੀ ਕੰਮ ਕਰਦੀ ਪਈ ਸੀ, ਥੋੜ੍ਹੇ ਦਿਨ ਹੀ ਹੋਇਆ ਹਲੇ ਕੰਮ ਕਰਦੇ ਹੋਏ, ਚੱਕਰ ਆਇਆ ਉਹਨੂੰ, ਕੀ ਹੋਇਆ ਆਪਣੇ ਆਪ ਗਿਰ ਗਈ ਹੈ, ਉਹਦੇ ਵਾਲ ਵੀ ਬੈਲਟ 'ਚ ਵਾਲ ਆ ਗਏ, ਉਹਦੇ ਕਾਰਨ ਪਤਾ ਨਹੀਂ ਕੀ ਹੋਇਆ, ਜੋ ਵੀ ਹੈ ਜੋ ਵੀ ਰੱਬ ਦਾ ਪਾਣਾ ਸੀ ਉਹ ਹੋ ਗਿਆ, ਬੈਲਟ 'ਚ ਵਾਲ ਆ ਗਏ, ਮਸ਼ੀਨ ਦੀ ਬੈਲਟ 'ਚ ਵਾਲ ਆਏ ਨੇ, ਉਹਦੇ ਕਾਰਨ ਜੋ ਵੀ ਰੱਬ ਦਾ ਪਾਣਾ ਸੀ ਗੋਡ ਨੂੰ ਮਨਜ਼ੂਰੀ ਉਹ ਹੋਇਆ। ਬਾਕੀ ਪੁਲਿਸ ਆ ਰਹੀ, ਜੋ ਵੀ ਕਾਰਵਾਈ ਬਣਦੀ ਹੈ ਦੇਖਦੇ ਹਾਂ। ਇਹਦੇ ਕੰਮ ਤੇ ਆਈ ਵਿਚਾਰੀ, ਕੀ ਹੋਇਆ ਨਹੀਂ ਹੋਇਆ ਤਾਂ ਬਾਬਾ ਨੂੰ ਪਤਾ ਹੋਊਗਾ, ਸਾਨੂੰ ਤਾਂ ਕੁਝ ਪਤਾ ਹੀ ਨਹੀਂ। ਹੁਣ ਆਣ ਕੇ ਕੀ ਵੇਖਿਆ ਤੁਸੀਂ? ਇੱਦਾਂ ਅੱਗ ਦੇਖੇ ਦੇਖੇ ਵਿਚਾਰੀ ਖੂਨ ਲਥਪਥ ਮਰੀ ਹੈ, ਕਹਿੰਦਾ ਕਿ ਪੈਰ ਫਿਸਲ ਗਈ ਹੈ, ਕੀ ਪਤਾ ਪੈਰ ਫਿਸਲਾ ਕੀ ਹੋਇਆ, ਮਤਲਬ ਪੈਰ ਫਿਰ ਬੰਦਾ ਖਿੱਚ ਵੀ ਸਕਦਾ ਨੇ। ਮਸ਼ੀਨ 'ਚ ਆਈ ਹੈ ਜਾਂ ਨਹੀਂ ਆਈ? ਆਈ ਹੈ ਮਸ਼ੀਨ 'ਤੇ। ਹੁਣ ਸੀ ਗੱਲ ਮੁੱਕੀ, ਪੁਲਿਸ ਨੂੰ ਇਨਫੋਰਮ ਕੀਤਾ ਕਿ ਨਹੀਂ ਕੀਤਾ? ਨਹੀਂ ਹਾਲੇ ਕਿਸੇ ਨੇ ਕੀਤਾ। ਕਿਹਨੇ ਨੇ ਕੀਤਾ? ਉਮਰ ਕਿਤੀ ਹੈ, ਕਿੰਨੀ ਹੈ ਦੀ? ਹਾਂਜੀ ਉਮਰ ਕਿੰਨੀ ਲੜਕੀ ਦੀ? ਲੜਕੀ ਦੀ ਲੜਕੀ ਇਹੀ 21 ਸਾਲ ਹੋਣੀ ਉਮਰ। ਇਨਫੋਰਮ ਕਿਉਂ ਨਹੀਂ ਕੀਤਾ ਪੁਲਿਸ ਨੂੰ? ਫਿਰ ਕਿਉਂ ਨਹੀਂ ਦੱਸਿਆ? ਹਾਂਜੀ ਪੁਲਿਸ ਨੂੰ ਕਿਉਂ ਨਹੀਂ ਕੀਤਾ ਇਨਫੋਰਮ? ਨਹੀਂ ਮੈਂ ਤਾਂ ਹੁਣੇ ਵੀ ਕੁਝ ਦੇਰ ਪਹਿਲਾਂ ਪਤਾ ਲੱਗਾ ਤਾਂ ਮੈਂ ਆਇਆ ਦੇਖਣ ਵਾਸਤੇ ਕੀ ਗੱਲਬਾਤ ਹੋਈ ਆ। ਫਿਰ ਆਪਣੇ ਮਾਲਕ ਨੂੰ ਬੁਲਾਇਆ ਜਿੱਥੋਂ ਮੈਂ ਰਹਿਣਾ ਹੁਣ, ਉਹ ਆਏ ਤਾਂ ਵੀ ਗੱਲਬਾਤ ਕੀ ਚੱਲਣ ਡਿਆ ਰੱਬ ਜਾਣੇ। ਬਿਲਕੁਲ, ਜਿਹੜੀ ਬੱਚੀ ਸੀ ਤੁਹਾਡੇ ਕੋਲ ਰਹਿੰਦੀ ਸੀ ਸ਼ਾਦੀਸ਼ੁਦਾ ਸੀ? ਸ਼ਾਦੀਸ਼ੁਦਾ ਸੀ, ਉਹਦਾ ਕਰਲਾ ਦੌੜ ਗਿਆ ਸੀ ਛੱਡ ਕਰ। ਮੰਗ ਉਹਦੇ ਇਹ ਕਿ ਬੱਚੇ ਕੇ ਬਾਰੇ ਸੇ ਕੁਛ ਸੋਚੋ, ਉਹਦੇ ਬੱਚੇ ਕੁਛ ਕਰੋ ਕਿ ਉਹਦਾ ਬੱਚੇ ਬੜਾ ਹੁਣ ਕੁਛ ਕਰਨਾ ਨਾ ਪੜੇ ਉਹਨੂੰ, ਕਿਉਂ ਅਸੀਂ ਬੁੱਢੇ ਹੋ ਚੁੱਕੇ ਹੋ, ਹੈਂ ਕਬ ਮਰ ਜਾਣਾ ਹਰਾ ਜਾਣਾ, ਲੇਕਿਨ ਕੁਛ ਰਹੇਗਾ ਉਸ ਕੋਲ, ਤਬ ਤੋ ਕੋਈ ਸ਼ਾਦੀ ਵਿਆਹ ਕਰ ਸਕਦੇ ਹੋ। ਕੰਮ ਕਰ ਰਹੇ ਥੇ ਆਪ ਵੀ ਇਸ ਫੈਕਟਰੀ ਮੇਂ ਕਰਦੇ ਹੈ? ਨਹੀਂ ਹਮ ਨਹੀਂ ਕੰਮ ਕਰ ਰਹੇ, ਮਰਗ ਲੜਕੀ ਥੀ। ਤੋ ਕਿਆ ਬਾਤ ਹੋਈ? ਕੰਮ ਕਰਤੇ ਹੋ ਕਹਤਾ ਚੁੰਨੀ ਵਾਰ ਲਪੇਟ ਲਿਆ ਮਸ਼ੀਨ ਮੇਂ, ਇੰਟੀਮੇਸ਼ਨ ਮਿਲੀ ਆ ਵੀ ਜੋਤੀ ਨਾਂ ਦੀ ਲੜਕੀ ਹੈ ਜਿਹੜੀ ਅਮਿਤ ਗੁਪਤਾ ਦੀ ਫੈਕਟਰੀ ਭਾਂਡਿਆਂ ਦੀ ਕੰਮ ਕਰਦੀ, ਅਜੇ ਆਏ ਆ ਤੇ ਲੱਗੇ ਵੇਖਣ ਮੌਕਾ ਵੇਖ ਕੇ, ਉਹਦੇ ਮੁਤਾਬਕ ਪਤਾ ਲੱਗਾ ਵੀ ਇਹਦੀ ਮੌਤ ਹੋ ਗਈ ਹੈ, ਤੇ ਉਹਦੇ ਮੁਤਾਬਕ ਜੋ ਵੀ ਕਾਰਵਾਈ ਬਣਦੀ ਹੈ। ਮੌਕੇ ਤੁਸੀਂ ਆਏ ਹੋ, ਕਿਸ ਤਰੀਕੇ ਨਾਲ ਇਹਨਾਂ ਦੀ ਮੌਤ ਹੋਈ ਆ? ਇਹਦੇ ਮਸ਼ੀਨ ਦੇ ਵਿੱਚ ਨਾ ਇਹਦੇ ਵਾਲ ਮਲੇ ਗਏ ਸਿਰ ਦੇ, ਤੇ ਉਹਦੇ ਮੁਤਾਬਕ ਵੇਖ ਕੇ ਲੱਗੇ ਕਰੋ ਅਗਲੀ ਕਾਰਵਾਈ ਕੀ ਕਰ ਰਹੇ ਅਜੇ ਆਏ ਮੌਕਾ ਵੇਖ ਕੇ ਉਹਦੇ ਮੁਤਾਬਕ ਕਰਦੇ।